ਸਿੱਧੂ ਮੂਸੇਵਾਲਾ ਦੇ ਮਾਤਾ ਨੂੰ ਲੈ ਕੇ ਇੱਕ ਖਬਰ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕਿ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਬੱਚੇ ਨੂੰ ਜਨਮ ਦੇ ਸਕਦੇ ਨੇ। ਕਈ ਸੋਸ਼ਲ ਮੀਡੀਆ ਚੈਨਲਸ ਇਸ ਖਬਰ ਨੂੰ ਧੜੱਲੇ ਦੇ ਨਾਲ ਚਲਾ ਰਹੇ ਨੇ, ਪਰ ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਿਰਕਾਰ ਇਸ ਖਬਰ ਦਾ ਸੱਚ ਕੀ ਹੈ। ਬੀਤੇ ਹਫ਼ਤੇ ਇਸ ਦੇ ਅਨੁਸਾਰ ਸਾਹਮਣੇ ਆਇਆ ਕਿ ਸਿੱਧੂ ਮੂਸੇਵਾਲਾ ਦੇ ਮਾਤਾ ਗਰਭਵਤੀ ਨੇ ਅਤੇ ਇੱਕ ਬੱਚੇ ਨੂੰ ਜਨਮ ਦੇ ਸਕਦੇ ਨੇ। ਜਿਸ ਤੋਂ ਬਾਅਦ 'ਚ ਇਹ ਵੀ ਗੱਲ ਆਖੀ ਗਈ ਕਿ ਉਹਨਾਂ ਨੇ ਹੁਣ ਨਵੀਂ ਤਕਨੀਕ ਦੀ ਮਦਦ ਦੇ ਨਾਲ ਗਰਭਵਤੀ ਹੋਏ ਨੇ, ਜਿੱਥੇ ਕਿ IVF ਤਕਨੀਕ ਦੀ ਮਦਦ ਦੇ ਨਾਲ ਗੱਲਾਂ ਸਾਹਮਣੇ ਆਈਆਂ ਕਿ ਉਹ ਗਰਭਵਤੀ ਹੋਏ ਨੇ। ਪਰ ਉਸ ਤੋਂ ਬਾਅਦ ਦੇ ਵਿੱਚ ਅੱਜ ਇਹ ਖਬਰ ਸਾਹਮਣੇ ਆਈ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਹਸਪਤਾਲ ਦੇ ਵਿੱਚ ਦਾਖਲ ਨੇ, ਜਿੱਥੇ ਕਿ ਇੱਕ ਬੱਚੇ ਨੂੰ ਜਨਮ ਦੇ ਸਕਦੇ ਨੇ ਜਲਦੀ ਹੀ। ਕਿਉਂਕਿ ਪਹਿਲਾਂ ਜੋ ਖਬਰਾਂ ਆਈਆਂ ਸੀ ਜਾਂ ਕੁਝ ਮੀਡੀਆ ਰਿਪੋਰਟਸ ਵੀ ਆਈਆਂ, ਉਸ ਦੇ ਅਨੁਸਾਰ ਇਹ ਕਿਹਾ ਗਿਆ ਕਿ ਉਹ ਮਾਰਚ ਦੇ ਵਿੱਚ ਬੱਚੇ ਨੂੰ ਜਨਮ ਦੇਣਗੇ। ਪਰ ਜਦ ਇਸ ਸੰਬੰਧੀ ਡੂੰਘਾਈ ਦੇ ਨਾਲ ਜਾਂਚ ਕੀਤੀ ਹੈ ਤਾਂ ਇਹ ਗੱਲ ਤਾਂ ਜ਼ਰੂਰ ਸਾਹਮਣੇ ਆਈ ਹੈ ਕਿ ਉਹ ਹਸਪਤਾਲ ਦੇ ਵਿੱਚ ਭਰਤੀ ਜ਼ਰੂਰ ਨੇ, ਪਰ ਉਹਨਾਂ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਅਤੇ ਉੱਥੇ ਉਹਨਾਂ ਦਾ ਇੱਕ ਰੂਟੀਨ ਚੈੱਕਅਪ ਦੱਸਿਆ ਜਾ ਰਿਹਾ ਹੈ ਕਿ ਆਮ ਤੌਰ 'ਤੇ ਹੀ ਉਹਨਾਂ ਦਾ ਕੁਝ ਸਮੇਂ ਦੇ ਅੰਤਰਾਲ ਦੇ ਬਾਅਦ ਇਹ ਚੈੱਕਅਪ ਕਰਾਇਆ ਜਾਂਦਾ। ਇਹ ਚੈੱਕਅਪ ਕਰਾਉਣ ਦੇ ਲਈ ਮੂਸੇਵਾਲਾ ਦੇ ਮਾਤਾ ਉੱਥੇ ਪਹੁੰਚੇ ਨੇ। ਕਿਸੇ ਵੀ ਤਰੀਕੇ ਦੀ ਅਜਿਹੀ ਖਬਰ ਫੈਮਿਲੀ ਦੇ ਵੱਲੋਂ ਅਜੇ ਤੱਕ ਸਾਹਮਣੇ ਨਹੀਂ ਆਈ ਹੈ, ਜਿੱਥੇ ਕਿ ਮੂਸੇਵਾਲਾ ਦੇ ਜੋ ਤਾਇਆ ਦੇ ਨਾਂ ਦੇ ਉੱਤੇ ਖਬਰ ਪਹਿਲਾਂ ਦੱਸੀ ਜਾ ਰਹੀ ਸੀ ਕਿ ਮੂਸੇਵਾਲਾ ਦੇ ਤਾਇਆ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੂਸੇਵਾਲਾ ਦੇ ਮਾਤਾ ਗਰਭਵਤੀ ਨੇ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਖੁਦ ਇਹਨਾਂ ਖਬਰਾਂ ਨੂੰ ਡਿਨਾਈ ਕੀਤਾ, ਇਹਨਾਂ ਖਬਰਾਂ ਤੋਂ ਇਨਕਾਰ ਕੀਤਾ ਕਿ ਉਹਨਾਂ ਨੇ ਅਜਿਹੀ ਕੋਈ ਗੱਲ ਨਹੀਂ ਕਹੀ ਹੈ। ਉਹਨਾਂ ਨੇ ਕਿਸੇ ਚੈਨਲ ਨੂੰ ਨਹੀਂ ਕਿਹਾ ਕਿ ਇਸ ਤਰੀਕੇ ਦੇ ਨਾਲ ਮੂਸੇਵਾਲਾ ਦੀ ਮਾਤਾ ਗਰਭਵਤੀ ਨੇ। ਤਾਂ ਕੁੱਲ ਮਿਲਾ ਕੇ ਅਜੇ ਤੱਕ ਜੋ ਵੀ ਖਬਰਾਂ ਨੇ ਮੂਸੇਵਾਲਾ ਦੇ ਮਾਤਾ ਦੇ ਗਰਭਵਤੀ ਹੋਣ ਦੀਆਂ, ਉਹ ਕੇਵਲ ਮੀਡੀਆ ਰਿਪੋਰਟਸ 'ਤੇ ਆਧਾਰਿਤ ਨੇ ਜਾਂ ਫਿਰ ਸੂਤਰਾਂ ਦੇ ਹਵਾਲੇ ਤੋਂ ਨੇ। ਕੋਈ ਅਧਿਕਾਰਿਕ ਪੁਸ਼ਟੀ ਇਹਨਾਂ ਖਬਰਾਂ ਦੀ ਅਜੇ ਤੱਕ ਨਹੀਂ ਹੈ। ਤਾਂ ਅਜਿਹੇ ਦੇ ਵਿੱਚ ਜੋ ਵੀ ਖਬਰਾਂ ਹੁਣ ਸਾਹਮਣੇ ਆ ਰਹੀਆਂ ਨੇ ਇਹਨਾਂ ਦਾ ਕੋਈ ਆਧਾਰ ਫਿਲਹਾਲ ਨਹੀਂ ਕਿਹਾ ਜਾ ਸਕਦਾ। ਜੇਕਰ ਪਰਿਵਾਰ ਅੱਗੇ ਜਾ ਕੇ ਇਸਦੀ ਕੋਈ ਪੁਸ਼ਟੀ ਕਰਦਾ ਹੈ ਤਾਂ ਅਜਿਹੇ ਦੇ ਵਿੱਚ ਉਹ ਗੱਲ ਕੋਈ ਹੋਰ ਹੋਵੇਗੀ। ਫਿਲਹਾਲ ਦੇ ਲਈ ਹਸਪਤਾਲ ਜ਼ਰੂਰ ਗਏ ਨੇ, ਪਰ ਇਹ ਕੇਵਲ ਅਤੇ ਕੇਵਲ ਇੱਕ ਰੂਟੀਨ ਚੈੱਕਅਪ ਹੈ। ਸਿੱਧੂ ਮੂਸੇਵਾਲਾ ਦੇ ਮਾਤਾ ਨੂੰ ਲੈ ਕੇ ਇੱਕ ਖਬਰ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕਿ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਬੱਚੇ ਨੂੰ ਜਨਮ ਦੇ ਸਕਦੇ ਨੇ। ਕਈ ਸੋਸ਼ਲ ਮੀਡੀਆ ਚੈਨਲਸ ਇਸ ਖਬਰ ਨੂੰ ਧੜੱਲੇ ਦੇ ਨਾਲ ਚਲਾ ਰਹੇ ਨੇ, ਪਰ ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਿਰਕਾਰ ਇਸ ਖਬਰ ਦਾ ਸੱਚ ਕੀ ਹੈ। ਬੀਤੇ ਹਫ਼ਤੇ ਇਸ ਦੇ ਅਨੁਸਾਰ ਸਾਹਮਣੇ ਆਇਆ ਕਿ ਸਿੱਧੂ ਮੂਸੇਵਾਲਾ ਦੇ ਮਾਤਾ ਗਰਭਵਤੀ ਨੇ ਅਤੇ ਇੱਕ ਬੱਚੇ ਨੂੰ ਜਨਮ ਦੇ ਸਕਦੇ ਨੇ। ਜਿਸ ਤੋਂ ਬਾਅਦ 'ਚ ਇਹ ਵੀ ਗੱਲ ਆਖੀ ਗਈ ਕਿ ਉਹਨਾਂ ਨੇ ਹੁਣ ਨਵੀਂ ਤਕਨੀਕ ਦੀ ਮਦਦ ਦੇ ਨਾਲ ਗਰਭਵਤੀ ਹੋਏ ਨੇ, ਜਿੱਥੇ ਕਿ IVF ਤਕਨੀਕ ਦੀ ਮਦਦ ਦੇ ਨਾਲ ਗੱਲਾਂ ਸਾਹਮਣੇ ਆਈਆਂ ਕਿ ਉਹ ਗਰਭਵਤੀ ਹੋਏ ਨੇ। ਪਰ ਉਸ ਤੋਂ ਬਾਅਦ ਦੇ ਵਿੱਚ ਅੱਜ ਇਹ ਖਬਰ ਸਾਹਮਣੇ ਆਈ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਹਸਪਤਾਲ ਦੇ ਵਿੱਚ ਦਾਖਲ ਨੇ, ਜਿੱਥੇ ਕਿ ਇੱਕ ਬੱਚੇ ਨੂੰ ਜਨਮ ਦੇ ਸਕਦੇ ਨੇ ਜਲਦੀ ਹੀ। ਕਿਉਂਕਿ ਪਹਿਲਾਂ ਜੋ ਖਬਰਾਂ ਆਈਆਂ ਸੀ ਜਾਂ ਕੁਝ ਮੀਡੀਆ ਰਿਪੋਰਟਸ ਵੀ ਆਈਆਂ, ਉਸ ਦੇ ਅਨੁਸਾਰ ਇਹ ਕਿਹਾ ਗਿਆ ਕਿ ਉਹ ਮਾਰਚ ਦੇ ਵਿੱਚ ਬੱਚੇ ਨੂੰ ਜਨਮ ਦੇਣਗੇ। ਪਰ ਜਦ ਇਸ ਸੰਬੰਧੀ ਡੂੰਘਾਈ ਦੇ ਨਾਲ ਜਾਂਚ ਕੀਤੀ ਹੈ ਤਾਂ ਇਹ ਗੱਲ ਤਾਂ ਜ਼ਰੂਰ ਸਾਹਮਣੇ ਆਈ ਹੈ ਕਿ ਉਹ ਹਸਪਤਾਲ ਦੇ ਵਿੱਚ ਭਰਤੀ ਜ਼ਰੂਰ ਨੇ, ਪਰ ਉਹਨਾਂ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਅਤੇ ਉੱਥੇ ਉਹਨਾਂ ਦਾ ਇੱਕ ਰੂਟੀਨ ਚੈੱਕਅਪ ਦੱਸਿਆ ਜਾ ਰਿਹਾ ਹੈ ਕਿ ਆਮ ਤੌਰ 'ਤੇ ਹੀ ਉਹਨਾਂ ਦਾ ਕੁਝ ਸਮੇਂ ਦੇ ਅੰਤਰਾਲ ਦੇ ਬਾਅਦ ਇਹ ਚੈੱਕਅਪ ਕਰਾਇਆ ਜਾਂਦਾ। ਇਹ ਚੈੱਕਅਪ ਕਰਾਉਣ ਦੇ ਲਈ ਮੂਸੇਵਾਲਾ ਦੇ ਮਾਤਾ ਉੱਥੇ ਪਹੁੰਚੇ ਨੇ। ਕਿਸੇ ਵੀ ਤਰੀਕੇ ਦੀ ਅਜਿਹੀ ਖਬਰ ਫੈਮਿਲੀ ਦੇ ਵੱਲੋਂ ਅਜੇ ਤੱਕ ਸਾਹਮਣੇ ਨਹੀਂ ਆਈ ਹੈ, ਜਿੱਥੇ ਕਿ ਮੂਸੇਵਾਲਾ ਦੇ ਜੋ ਤਾਇਆ ਦੇ ਨਾਂ ਦੇ ਉੱਤੇ ਖਬਰ ਪਹਿਲਾਂ ਦੱਸੀ ਜਾ ਰਹੀ ਸੀ ਕਿ ਮੂਸੇਵਾਲਾ ਦੇ ਤਾਇਆ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮੂਸੇਵਾਲਾ ਦੇ ਮਾਤਾ ਗਰਭਵਤੀ ਨੇ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਖੁਦ ਇਹਨਾਂ ਖਬਰਾਂ ਨੂੰ ਡਿਨਾਈ ਕੀਤਾ, ਇਹਨਾਂ ਖਬਰਾਂ ਤੋਂ ਇਨਕਾਰ ਕੀਤਾ ਕਿ ਉਹਨਾਂ ਨੇ ਅਜਿਹੀ ਕੋਈ ਗੱਲ ਨਹੀਂ ਕਹੀ ਹੈ। ਉਹਨਾਂ ਨੇ ਕਿਸੇ ਚੈਨਲ ਨੂੰ ਨਹੀਂ ਕਿਹਾ
ਕਿ ਇਸ ਤਰੀਕੇ ਦੇ ਨਾਲ ਮੂਸੇਵਾਲਾ ਦੀ ਮਾਤਾ ਗਰਭਵਤੀ ਨੇ। ਤਾਂ ਕੁੱਲ ਮਿਲਾ ਕੇ ਅਜੇ ਤੱਕ ਜੋ ਵੀ ਖਬਰਾਂ ਨੇ ਮੂਸੇਵਾਲਾ ਦੇ ਮਾਤਾ ਦੇ ਗਰਭਵਤੀ ਹੋਣ ਦੀਆਂ, ਉਹ ਕੇਵਲ ਮੀਡੀਆ ਰਿਪੋਰਟਸ 'ਤੇ ਆਧਾਰਿਤ ਨੇ ਜਾਂ ਫਿਰ ਸੂਤਰਾਂ ਦੇ ਹਵਾਲੇ ਤੋਂ ਨੇ। ਕੋਈ ਅਧਿਕਾਰਿਕ ਪੁਸ਼ਟੀ ਇਹਨਾਂ ਖਬਰਾਂ ਦੀ ਅਜੇ ਤੱਕ ਨਹੀਂ ਹੈ। ਤਾਂ ਅਜਿਹੇ ਦੇ ਵਿੱਚ ਜੋ ਵੀ ਖਬਰਾਂ ਹੁਣ ਸਾਹਮਣੇ ਆ ਰਹੀਆਂ ਨੇ, ਇਹਨਾਂ ਦਾ ਕੋਈ ਆਧਾਰ ਫਿਲਹਾਲ ਨਹੀਂ ਕਿਹਾ ਜਾ ਸਕਦਾ। ਜੇਕਰ ਪਰਿਵਾਰ ਅੱਗੇ ਜਾ ਕੇ ਇਸਦੀ ਕੋਈ ਪੁਸ਼ਟੀ ਕਰਦਾ ਹੈ ਤਾਂ ਅਜਿਹੇ ਦੇ ਵਿੱਚ ਉਹ ਗੱਲ ਕੋਈ ਹੋਰ ਹੋਵੇਗੀ। ਫਿਲਹਾਲ ਦੇ ਲਈ ਹਸਪਤਾਲ ਜ਼ਰੂਰ ਗਏ ਨੇ, ਪਰ ਇਹ ਕੇਵਲ ਅਤੇ ਕੇਵਲ ਇੱਕ ਰੂਟੀਨ ਚੈੱਕਅਪ ਹੈ।